ਇੱਕ ਕਾਰੋਬਾਰੀ ਨੂੰ ਕਿਡਨੈਪ ਕਰਕੇ ਬਦਮਾਸ਼ਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਕਾਰੋਬਾਰੀ ਹੈ ਉਹ ਰਾਤ ਨੂੰ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਕੇ ਘਰ ਵਾਪਿਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਦੋਂ ਉਹ ਬਾਥਰੂਮ ਕਰਨ ਦੇ ਲਈ ਰੁਕਿਆ ਤਾਂ ਪਿੱਛੋਂ ਦੀ ਦੋ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਬਦਮਾਸ਼ਾਂ ਨੇ ਉਸ ਨੂੰ ਗੱਡੀ ਦੇ ਵਿੱਚ ਹੀ ਉਸਦੀ ਕਿਡਨੈਪ ਕਰ ਲਿਆ। ਹਾਲਾਂਕਿ ਮੌਕੇ ਦੇ ਉੱਤੇ ਬਾਈਕ ਦੇ ਉੱਤੇ ਚਾਰ ਹੋਰ ਬਦਮਾਸ਼ ਉੱਥੇ ਮੌਕੇ 'ਤੇ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਉਸ ਕਾਰੋਬਾਰੀ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕਿਹਾ ਜਾ ਰਿਹਾ ਕਿ ਕਾਰੋਬਾਰੀ ਨੂੰ ਉਹ ਆਪਣੇ ਨਾਲ ਏਟੀਐਮ ਤੱਕ ਵੀ ਲੈ ਕੇ ਗਏ। ਉੱਥੇ ਉਸਦਾ ਜਾ ਕੇ ਪਿੰਨ ਕੋਡ ਲੈ ਕੇ ਏਟੀਐਮ ਦੇ ਵਿੱਚੋਂ ਦੀ ਵੀ 25,000 ਰੁਪਏ ਦੇ ਕਰੀਬ ਨਕਦੀ ਕਢਵਾਈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਨ ਅਤੇ ਹੋਰ ਵੀ ਗਹਿਣੇ ਆਪਣੇ ਨਾਲ ਲੈ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਅਤੇ ਕਿਹਾ ਜਾ ਰਿਹਾ ਕਿ ਜੋ ਕਾਰੋਬਾਰੀ ਸੀ ਉਸਨੂੰ ਰਾਹ ਦੇ ਵਿੱਚ ਹੀ ਕਿਤੇ ਸੁੱਟ ਗਏ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਹੁਣ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਹੈ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਇੱਕ CCTV ਵੀ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਗੱਡੀ 'ਚ ਹੀ ਉਸ ਕਾਰੋਬਾਰੀ ਨੂੰ ਕਿਡਨੈਪ ਕੀਤਾ ਗਿਆ ਸੀ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਡਿਨਰ ਕਰਕੇ ਆ ਰਹੇ ਇੱਕ ਕਾਰੋਬਾਰੀ ਨੂੰ ਕਿਡਨੈਪ ਕਰ ਲਿਆ ਗਿਆ ਅਤੇ ਉਸਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਂਜੀ, 30 ਤਰੀਕ ਨੂੰ ਰਾਤ ਨੂੰ 12:10 ਦਾ ਵਕੂਆ ਸੀਗਾ। ਇੱਕ ਪ੍ਰਿਤਪਾਲ ਸਿੰਘ ਨੇਗੇ ਜੀ, ਸਨ ਆਫ ਨਿਰਮਲ ਸਿੰਘ, ਇਹ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਕੇ ਵਾਪਸ ਆ ਰਹੇ ਸੀਗੇ ਅਤੇ ਸਾਹਨੇ ਵਾਲੇ ਕੋਲ ਇਹ ਆਪਣਾ ਬਾਥਰੂਮ ਕਰਨ ਉਤਰੇ ਕਾਰ ਦੇ ਵਿੱਚੋਂ, ਤਾਂ ਦੋ ਬੰਦਿਆਂ ਨੇ ਆ ਕੇ ਇਹਨਾਂ ਨੂੰ ਬੰਧਕ ਬਣਾ ਲਿਆ ਕਾਰ ਦੇ ਵਿੱਚ ਅਤੇ ਉਹਨਾਂ ਦੇ ਚਾਰ ਸਾਥੀ ਹੋਰ ਆ ਗਏ ਮੋਟਰਸਾਈਕਲਾਂ ਦੇ ਉੱਤੇ। ਉਦੋਂ ਬਾਅਦ ਇਹਨਾਂ ਨੂੰ ਬੰਧਕ ਬਣਾ ਲਿਆ, ਬੰਧਕ ਬਣਾ ਕੇ ਇਹਨਾਂ ਤੋਂ ਜੋ ਇਹਨਾਂ ਦੇ ਕੋਲ ਇਹਨਾਂ ਦੇ ਜ਼ਰੂਰੀ ਸਮਾਨ ਸੀਗਾ, ਜੋ ਇਹਨਾਂ ਨੇ ਲਿਖਾਇਆ ਪਰਚੇ ਦੇ ਵਿੱਚ, ਇੱਕ ਚਾਂਦੀ ਦੀ ਕੜਾ ਸੀਗਾ, ਇੱਕ ਸੋਨੇ ਦੀ ਚੇਨ ਸੀਗੀ, ਘੜੀ ਸੀਗੀ, ਡਰਾਈਵਿੰਗ ਲਾਇਸੈਂਸ, ਦੋ ITMs ਉਹ ਲੈ ਲਏ ਜ਼ਬਰੀ। ਇਹਨਾਂ ਤੋਂ ਪਾਸਵਰਡ ਉਗਲਵਾ ਲਿਆ ਕਿ ਵੀ ਪਾਸਵਰਡ ਦਾ ਕੀ ਹੈਗਾ ATM ਦਾ, ਔਰ ਉਸ ਤੋਂ ਬਾਅਦ ਕੁਛ ਕੈਸ਼ ਵੀ ਕਢਾਇਆ ਅਤੇ ਫਿਰ ਇਹਨਾਂ ਨੂੰ ਖੰਨਾ ਸਮਰਾਲਾ ਰੋਡ 'ਤੇ ਡੰਪ ਕਰਕੇ ਚਲੇ ਗਏ ਸੀ। ਐਕਚੁਅਲੀ ਜੋ ਮਦਈ ਨੇ ਸਾਨੂੰ ਪ੍ਰੀਲੀਮਿਨਰੀ ਦੱਸਿਆ ਜੀ, ਇਹਨਾਂ ਨੇ ਇੱਕ ਦੂਜੇ ਨੂੰ ਇਹ ਕੋਡ ਵਰਡਸ ਦੇ ਵਿੱਚ ਬੁਲਾਉਂਦੇ ਸੀਗੇ ਤਾਂ ਉਹ ਆਪਣਾ ਅਸਲੀ ਪਛਾਣ ਛੁਪਾਉਣ ਦੇ ਲਈ, ਬਾਕੀ ਜਿੱਦਾਂ ਹੀ ਬੰਦੇ ਅਰੈਸਟ ਹੁੰਦੇ ਆ ਫਿਰ ਸਾਰਾ ਕੁਛ ਮੀਡੀਆ ਦੇ ਸਾਹਮਣੇ ਰੱਖਾਂਗੇ। ਹਾਂਜੀ, FIR ਨੰਬਰ 26 ਦਰਜ ਹੈ ਜੀ, ਜਿਹੜੇ ਦਾ 365/379/5/6/149/149 PC। ਇੱਕ ਕਾਰੋਬਾਰੀ ਨੂੰ ਕਿਡਨੈਪ ਕਰਕੇ ਬਦਮਾਸ਼ਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਕਾਰੋਬਾਰੀ ਹੈ ਉਹ ਰਾਤ ਨੂੰ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਕੇ ਘਰ ਵਾਪਿਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਦੋਂ ਉਹ ਬਾਥਰੂਮ ਕਰਨ ਦੇ ਲਈ ਰੁਕਿਆ ਤਾਂ ਪਿੱਛੋਂ ਦੀ ਦੋ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਬਦਮਾਸ਼ਾਂ ਨੇ ਉਸ ਨੂੰ ਗੱਡੀ ਦੇ ਵਿੱਚ ਹੀ ਉਸਦੀ ਕਿਡਨੈਪ ਕਰ ਲਿਆ। ਹਾਲਾਂਕਿ ਮੌਕੇ ਦੇ ਉੱਤੇ ਬਾਈਕ ਦੇ ਉੱਤੇ ਚਾਰ ਹੋਰ ਬਦਮਾਸ਼ ਉੱਥੇ ਮੌਕੇ 'ਤੇ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਉਸ ਕਾਰੋਬਾਰੀ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕਿਹਾ ਜਾ ਰਿਹਾ ਕਿ ਕਾਰੋਬਾਰੀ ਨੂੰ ਉਹ ਆਪਣੇ ਨਾਲ ਏਟੀਐਮ ਤੱਕ ਵੀ ਲੈ ਕੇ ਗਏ। ਉੱਥੇ ਉਸਦਾ ਜਾ ਕੇ ਪਿੰਨ ਕੋਡ ਲੈ ਕੇ ਏਟੀਐਮ ਦੇ ਵਿੱਚੋਂ ਦੀ ਵੀ 25,000 ਰੁਪਏ ਦੇ ਕਰੀਬ ਨਕਦੀ ਕਢਵਾਈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਨ ਅਤੇ ਹੋਰ ਵੀ ਗਹਿਣੇ ਆਪਣੇ ਨਾਲ ਲੈ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਅਤੇ ਕਿਹਾ ਜਾ ਰਿਹਾ ਕਿ ਜੋ ਕਾਰੋਬਾਰੀ ਸੀ ਉਸਨੂੰ ਰਾਹ ਦੇ ਵਿੱਚ ਹੀ ਕਿਤੇ ਸੁੱਟ ਗਏ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਹੁਣ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਹੈ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਇੱਕ CCTV ਵੀ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਗੱਡੀ 'ਚ ਹੀ ਉਸ ਕਾਰੋਬਾਰੀ ਨੂੰ ਕਿਡਨੈਪ ਕੀਤਾ ਗਿਆ ਸੀ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਡਿਨਰ ਕਰਕੇ ਆ ਰਹੇ ਇੱਕ ਕਾਰੋਬਾਰੀ ਨੂੰ
ਕਿਡਨੈਪ ਕਰ ਲਿਆ ਗਿਆ ਤੇ ਉਸਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਰਾਂਜੀ 30 ਤਰੀਕ ਨੂੰ ਰਾਤ ਨੂੰ 12:10 ਦਾ ਵਕੂਆ ਸੀਗਾ। ਇੱਕ ਪ੍ਰਿਤਪਾਲ ਸਿੰਘ ਨੇਗੇ ਜੀ, ਸਨ ਆਫ ਨਿਰਮਲ ਸਿੰਘ, ਇਹ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਕੇ ਵਾਪਸ ਆ ਰਹੇ ਸੀਗੇ ਅਤੇ ਸਾਹਨੇ ਵਾਲੇ ਕੋਲ ਇਹ ਆਪਣਾ ਬਾਥਰੂਮ ਕਰਨ ਉਤਰੇ ਕਾਰ ਦੇ ਵਿੱਚੋਂ, ਤਾਂ ਦੋ ਬੰਦਿਆਂ ਨੇ ਆ ਕੇ ਇਹਨਾਂ ਨੂੰ ਬੰਧਕ ਬਣਾ ਲਿਆ ਕਾਰ ਦੇ ਵਿੱਚ ਅਤੇ ਉਹਨਾਂ ਦੇ 4 ਸਾਥੀ ਹੋਰ ਆ ਗਏ ਮੋਟਰਸਾਈਕਲਾਂ ਦੇ ਉੱਤੇ। ਉਦੋਂ ਬਾਅਦ ਇਹਨਾਂ ਨੂੰ ਬੰਧਕ ਬਣਾ ਲਿਆ, ਬੰਧਕ ਬਣਾ ਕੇ ਇਹਨਾਂ ਤੋਂ ਜੋ ਇਹਨਾਂ ਦੇ ਕੋਲ ਇਹਨਾਂ ਦੇ ਜ਼ਰੂਰੀ ਸਮਾਨ ਸੀਗਾ, ਜੋ ਇਹਨਾਂ ਨੇ ਲਿਖਾਇਆ ਪਰਚੇ ਦੇ ਵਿੱਚ, ਇੱਕ ਚਾਂਦੀ ਦੀ ਕੜਾ ਸੀਗਾ, ਇੱਕ ਸੋਨੇ ਦੀ ਚੇਨ ਸੀਗੀ, ਘੜੀ ਸੀਗੀ, ਡਰਾਈਵਿੰਗ ਲਾਇਸੈਂਸ, 2 ITMs ਉਹ ਲੈ ਲਏ ਜ਼ਬਰੀ। ਇਹਨਾਂ ਤੋਂ ਪਾਸਵਰਡ ਉਗਲਵਾ ਲਿਆ ਕਿ ਵੀ ਪਾਸਵਰਡ ਦਾ ਕੀ ਹੈਗਾ ATM ਦਾ, ਔਰ ਉਸ ਤੋਂ ਬਾਅਦ ਕੁਛ ਕੈਸ਼ ਵੀ ਕਢਾਇਆ ਅਤੇ ਫਿਰ ਇਹਨਾਂ ਨੂੰ ਖੰਨਾ ਸਮਰਾਲਾ ਰੋਡ 'ਤੇ ਡੰਪ ਕਰਕੇ ਚਲੇ ਗਏ ਸੀ। ਐਕਚੁਅਲੀ ਜੋ ਮਦਈ ਨੇ ਸਾਨੂੰ ਪ੍ਰੀਲੀਮਿਨਰੀ ਦੱਸਿਆ ਜੀ, ਇਹਨਾਂ ਨੇ ਇੱਕ ਦੂਜੇ ਨੂੰ ਇਹ ਕੋਡ ਵਰਡਸ ਦੇ ਵਿੱਚ ਬੁਲਾਉਂਦੇ ਸੀਗੇ ਤਾਂ ਉਹ ਆਪਣਾ ਅਸਲੀ ਪਹਿਚਾਣ ਛੁਪਾਉਣ ਦੇ ਲਈ। ਬਾਕੀ ਜਿੱਦਾਂ ਹੀ ਬੰਦੇ ਅਰੈਸਟ ਹੁੰਦੇ ਆ ਫਿਰ ਸਾਰਾ ਕੁਛ ਮੀਡੀਆ ਸਾਹਮਣੇ ਰੱਖਾਂਗੇ। ਹਾਂਜੀ, FIR ਨੰਬਰ 26 ਦਰਜ ਹੈ ਜੀ, ਜੇਰੇਦਾਰ 365 364 20 384 506 148 149 PC।